بسم الله الرحمن الرحيم. पानी निकला इतना इतनी ये लंबी सी था हो रहा है कोई चीज है चलो कतरे कतरे ना कतरे कतरे दरिया बाहर निकलना दरिया बाहर ही निकलना दरिया बनना वो बनना है तो निकलना भी है ना कतरे कतरे ना निकलना है तो वो फिर तुसा पाने डुबनिया पे और डुबी जैसे ना नहीं बाहर जाना पड़ना पानी तक कौन बाहर रहीम अस्सलाम वालेकुम नाजरीन मैं तुसां दोस्त शराज सागर अज एक फ्राइडे फिर खबाबाद टी वी नी वसात नाल तुसां दी खिदमत विच एक बड़ी ही प्यारी जी वीडियो किनी हाजर हाँ जिहड़े कि असां ने अपने दरियाए झेलम नहीं है बलत्थी सुसां नीचे आए तो बड़ा प्यारा जहा माहौल आ वैसे ही मौसम भी बड़ा नाइस जहा सी ते मैं सोचा कि नाजरीन की अपने जितने नाजरीन है परदेसा च असने जितने यूट्यूबर दोस्त संगी हैं जेडे असने चैनल की तकड़े उन्होंने एक अच्छी जी वीडियो पेश की जाए तो बड़ा ही नाइस मौसम है दरिया पर आए हैं एक मछुआ खलता उसी मैं चलो इस मछुए चु ही संगी होर भी लब्भे हैं जेडे कि सैर तफरी करने से माशाल्लाह बड़ा प्यारा जहा मौसम अज सैर वास्ते तुसा गी मिलाने असा नाल दो संगी होर न ये सर जी बट्टे तराने की कोशिश करने पे नाल मास्टर दरी साहब भी वाह जी मास्टर जी ये तुसा शूट मिस करी ओड़ा जी वाह करो हां जी जरा किसकी कैप्चर खांड साहब असा किथे लब्भे न दरिया पर ਨਕਲ ਪੁੱਛਨੇ ਆ ਕੋਈ ਨਾਚ ਆ ਕੋਈ ਨਾ ਤੁਹਾਡਾ ਤਾਰਫ ਕਰਨ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਕੀ ਹਾਲ ਹੈ ਠੀਕ ਠੀਕ ਜਨਾਬ ਤੁਸੀਂ ਸੁਣਾਓ ਠੀਕ ਹੋ ਠੀਕ ਠਾਕ ਹੈ ਅਏ ਮਾਸ਼ਾਅੱਲਾ ਬੜਾ ਸੋਹਣਾ ਜਿਹਾ ਮੌਸਮ ਆ ਧੁੱਪ ਵੀ ਬੜੀ ਸੋਹਣੀ ਹੈ ਥੋੜ੍ਹੀ ਥੋੜ੍ਹੀ ਸਰਦੀ ਹੈ ਡੈਮ ਨਾ ਕਿਨਾਰਾ ਹੈ ਤੁਸੀਂ ਕੋਈ ਇੰਜੋਇਮੈਂਟ ਕਰਨੇ ਤੇ ਆਇਆ ਕੋਈ ਫਿਰਨੇ ਟੁਰਨੇ ਤੇ ਆਇਓ ਹਾਂ ਇੱਧਰ ਆਇਆ ਸਨ ਇਹ ਖਦਮਬਾਦ ਡਿਸ਼ ਲੈਣੇ ਤੇ ਖਦਮਬਾਦ ਕੁਥਾ ਹੈ ਬਲੱਥੀ ਹਾਂ ਬਲੱਥੀ ਅੱਛਾ ਅੱਛਾ ਕਿਹੜੀ ਜਗ੍ਹਾ ਪਰ ਆਏ ਹੋ ਡਡਿਆਲ ਸੋ ਨਾ ਜ਼ਮਾਨ ਚੌਕ ਸਮਾਨ ਚੌਕ ਤੋਂ ਸਹੀ ਤੇ ਡਿਸ਼ਾਂ ਨਾਲ ਕੰਮ ਕਰਨੇ ਹੋ ਸਰ ਹਾਂ ਡਿਸ਼ਾਂ ਇਧਰ ਲਾਣੇ ਆ ਉਧਰ ਆਰਡਰ ਮਿਲ ਜਾਣੇ ਤੇ ਇਧਰ ਲਾਈ ਦੇਣੇ ਸਹੀ ਹਾਂ ਸਰਹੱਦ ਇਲੈਕਟ੍ਰੋਨਿਕਸ ਤੋਂ ਸਰਹੱਦ ਇਲੈਕਟ੍ਰੋਨਿਕਸ ਪਰੋ ਜਨਾਬ ਇਹ ਭਾਈ ਹੋਰ ਆਏ ਨੇ ਇੱਥੇ ਬਲੱਥੀ ਸੇ ਬੰਦੇ ਨੇ ਘਰ ਡਿਸ਼ ਲਾਣੇ ਸੇ ਤੇ ਇਧਰ ਬੁੰਨ ਕੁਦਰ ਆਏ ਕੇ ਦਰਿਆ ਪਰ ਤੁਸੀਂ ਕਿਆ ਪਤਾ ਲਾ ਮੌਸਮ ਨਾਇਸ ਤੇ ਨਜ਼ਾਰਾ ਵੀ ਨਾਇਸ ਹੋ ਸੀ ਇਧਰ ਆਇਆ ਬਸ ਯਾਰ ਦੋਸਤ ਰਾਸ਼ਦ ਵੀ ਸੀ ਮਾਸਟਰ ਸਾਹਿਬ ਰਾਇਆ ਸਨ ਤੇ ਅਸਾਂ ਚਲੋ ਇਧਰ ਨਜ਼ਾਰਾ ਤੱਕਾਂ ਅਸਨਾ ਥੋੜ੍ਹੀ ਇੰਜੋਇਮੈਂਟ ਕੀਤੀ ਜਾਏ ਕੀਤੀ ਜਾਏ ਤਾਂ ਇਲਾਕਾ ਬੜਾ ਸੋਹਣਾ ਸੀ ਤੇ ਮੌਸਮ ਬੜਾ ਅੱਛਾ ਮੌਸਮ ਸੀ ਇੰਜੋਏ ਕੀਤਾ ਇੰਜੋਏ ਕੀਤਾ ਤੇ ਪਹਿਲੇ ਨਹੀਂ ਕਦੇ ਆਏ ਯਾ ਅੱਜ ਪਹਿਲੀ ਦਫਾ ਆਏ ਇਧਰ ਇਧਰ ਪਹਿਲੀ ਦਫਾ ਆਏ ਪਹਿਲੇ ਕਦੇ ਨਾ ਆਏ ਇਸ ਸਾਈਡ ਪਰ ਸਹੀ ਤੇ ਬਾਕੀ ਡਿਸ਼ ਵਗੈਰਾ ਲਾਣੇ ਨੇ ਕਿੰਨੇ ਪੈਸੇ ਕਿੰਨੇ ਹੋ ਤੁਸੀਂ ਕਿੰਨੇ ਇਧਰ 5000 ਰੁਪਏ ਲਾਈ ਤੇ ਦੇਣੇ ਆ 5000 ਰੁਪਏ ਲਾਈ ਤੇ ਦੇਈ ਉਹਨੇ ਕਿੰਨੇ ਇੱਕ ਚੈਨਲ ਲਾਈ ਜਾਣੇ ਸੀ ਮਤਲਬ 220 ਚੈਨਲ ਆ ਜਾਂਦੇ 220 ਚੈਨਲ ਤੇ ਜੇ ਸਪੋਰਟ ਉਹ ਚੈਨਲ ਹੋਈ ਗਏ ਜਾਂ ਬਾਕੀ ਫਿਲਮਾਂ ਵਗੈਰਾ ਵਾਲੇ ਚੈਨਲ ਉਹ ਵੀ ਸਹੀ ਆਈ ਜਾਣੇ ਹਨ ਉਸਨੇ ਪਰ ਕਿ ਉਸਨੇ ਸੇ ਅਲੱਗ ਦਾ ਕੋਈ ਕਰਨਾ ਪੈਣਾ ਇਸ ਸਪੋਰਟਸ ਨੇ ਵੀ ਆ ਜਾਣਾ ਇਸਲਾਮੀ ਚੈਨਲ ਵੀ ਆ ਨਿਊਜ਼ ਨੇ ਵੀ ਆ ਨਾ ਡਰਾਮੇ ਵਾਲਾ ਫਿਲਮਾਂ ਸਭ ਮੁਕੰਮਲ ਆ ਜਾਂਦੇ ਜੀਓ ਵਗੈਰਾ ਵੀ ਆਈ ਦੇਣਾ ਉਸਨੇ ਪਰ ਜੀਓ ਨੇ ਏਰਵਾਈ ਨਿਊਜ਼ जियो कुदर गया जियो सेट भी डिश एक और डिश लानी पेनी था पाक सेट में चैनल नहीं है वो सेट जियो है बात टीवी अच्छा कौन
ਨਵਾਂ ਟੀਵੀ ਤਨੀ ਉਹ ਤਨੀ ਅਛਾ ਉਹ ਕੁੱਥੇ ਅਛਾ ਨਾ ਉਸ ਉਸ ਨਹੀਂ ਪਾਉਣਾ ਉਹ ਕੁੱਥੇ ਅਛਾ ਨਾ ਉਹ YouTube ਪਰ ਅੱਛਾ ਅੱਛਾ ਅਖਬਾਰ ਟੀਵੀ ਆਉਣਾ ਯੂਟਿਊਬ ਉੱਪਰ ਅੱਛਾ ਉੱਥੇ ਅਸਾਂ ਤੁਸੀਂ ਡਿਸ਼ ਫਿਰ ਨਾਕਾਮ ਹੋਈ ਜਾਣ ਜੇ ਮਾੜਾ ਚੈਨਲ ਨਾ ਆਇਆ ਤੁਸੀਂ ਡਿਸ਼ ਹੈ ਪਰ ਫਿਰ ਤੁਸੀਂ ਡਿਸ਼ ਨੂੰ ਫਾਇਦਾ ਕੋ ਨਹੀਂ ਠੀਕ ਹੈ ਠੀਕ ਹੈ ਨਾਜ਼ਰੀਨ ਇਹ ਸੀ ਅਸਾਂ ਨਾਲ ਅਬਦੁੱਲਾ ਖਾਨ ਸਾਹਿਬ ਹੁਣ ਅਸਾਂ ਕੋਲ ਇੱਕ ਭਾਈ ਹੋਰ ਬੈਠੇ ਹੋਏ ਦਰਿਆ ਨੇ ਕਿਨਾਰੇ ਇੱਕ ਇੰਜੋਇਮੈਂਟ ਕਰਨੇ ਪਏ ਇਹਨਾਂ ਕੋਲ ਕਿਆ ਲੈ ਠੀਕ ਹੈ ਉਹ ਠੀਕ ਹੈ ਸ਼ੁਕਰ ਕਿਆ ਨਾਂ ਆ ਤੁਸਾਂ ਨਾਮ ਜ਼ਿਆਰਤ ਗੁਲ ਜ਼ਿਆਰਤ ਗੁਲ ਅੱਜ ਕੁਧਰ ਆਏ ਹੋ ਇਧਰ ਡੈਮ ਉੱਪਰ ਫਿਰਨੇ ਅਸਾਂ ਤੱਕਿਆ ਅੱਗੇ ਬੈਠੇ ਕੋ ਪਰੇਸ਼ਾਨ ਹੋਈ ਬੈਠੇ ਖੈਰ ਹੈ ਨਾ ਅਬਦੁੱਲਾ ਨਾਲ ਆਇਆ ਸੀ ਸੈਰ ਕਰਨੇ ਸਰ ਚਲੋ ਪਲੀਜ਼ ਅੱਛਾ ਜੀ ਅਬਦੁੱਲਾ ਖਾਨ ਨਾਲ ਆਏ ਸੀ ਤੁਸੀਂ ਠੀਕ 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 ਫਿਰ ਮਹਿਮਾਨ ਆਇਆ ਸੀ ਕਾਬਲ ਤੋਂ ਕਾਬਲ ਆਇਆ ਸੀ ਮਹਿਮਾਨ ਇਸ ਨੇ ਘਰ ਅਸਾਂ ਮੈਂ ਪਲੀਜ਼ ਸੋਰੀ ਅਸੀਂ ਜਾਵਾਂ ਉਧਰ ਬੂ ਬਰਫ ਪਿਆ ਸੀ ਕਾਬਲ 'ਚ ਬਰਫ ਪਿਆ ਸੀ ਬੂ ਬਰਫ ਪਿਆ ਸੀ ਇੱਧਰ ਉੱਧਰ ਕੰਮ ਨਹੀਂ ਸੀ ਮੈਂ ਪੰਜ ਛੇ ਦਿਨ ਛੁੱਟੀ ਸੀ ਅਤੇ ਮੈਂ ਠੀਕ ਉੱਧਰ ਕਿਆ ਕੰਮ ਕਰਨਾ ਕਾਬਲ 'ਚ ਕਿਆ ਕੰਮ ਕਰਨਾ ਉਧਰ ਯੈਸ ਕਾਸਮੈਟਿਕਸ ਦੁਕਾਨ ਹੈ ਅਸੀਂ ਕਾਸਮੈਟਿਕ ਨੇ ਦੁਕਾਨ ਰੱਖੀ ਸੀ ਹੋਲਸੇਲ ਕਰਨੇ ਜਾਂ ਵੈਸੇ ਦੁਕਾਨ ਸੁਰਖੀ ਪਾਊਡਰ ਕਾਸਮੈਟਿਕ ਸੁਰਖੀ ਪਾਊਡਰ ਕੀ ਆ ਬਿਲਕੁਲ ਸੁਰਖੀ ਪਾਊਡਰ ਕੀ ਆ ਸਹੀ ਅਤੇ ਉਸ ਕੀ ਤੁਸੀਂ ਪਸ਼ਤੋ ਜ਼ਬਾਨ 'ਚ ਕਿਆ ਪਸ਼ਤੋ ਇਹ ਸੁਰਖੀ ਪਾਊਡਰ ਹੀ ਆਖਣਾ ਨਾ ਆਪਣੀ ਪਸ਼ਤੋ ਜ਼ਬਾਨ 'ਚ ਕਿਸ ਤਰ੍ਹਾਂ ਲਸ਼ਪੀਰੀ ਨਾ ਆਖਣਾ ਇਸ ਕੀ ਪਾਊਡਰ ਅਤੇ ਪਾਊਡਰ ਹੀ ਤੁਸੀਂ ਮੌਸਮ ਵਗੈਰਾ ਚੈੱਕ ਕੀਤਾ ਸੀ ਜਾਂ ਕੋਈ ਪਿੱਛੇ ਫੋਨ ਵਗੈਰਾ ਰਾਬਤਾ ਕੀਤਾ ਸੀ ਕਿਤਨੇ ਕੁ ਦਿਹਾੜੇ ਕੋਈ ਬਰਫ਼ ਖਤਮ ਹੋਈ ਜੈਸੀ ਆਉਣਾ ਸੀ 15 ਦਿਨ ਲੱਗ ਸੀ ਯਾਨੀ ਕਿ ਇਤਨੀ ਜ਼ਿਆਦਾ ਪਈ ਵੀ ਕਿ 15 ਦਿਨ ਲੱਗ ਸੀ ਉਹ ਬਰਫ਼ ਖਤਮ ਹੋਣੇ ਉਹ ਰੇਡਾ ਰੋਡਾ ਤੋਂ ਅੱਗੇ ਪਿੱਛੇ ਜੇ ਬਰਫ਼ ਹੋ ਸੀ ਉੱਥੇ ਹੀ ਅਸੀਂ ਸਿਰਫ ਰੋਡ ਨਾਲ ਬਰਫ਼ ਜਿਹੜੇ ਗੱਡੀ ਲੈਣ ਸੀ ਉਹ ਫਿਰ ਖਤਮ ਹੋ ਜਾਸੀ ਹਰ ਸਾਲ ਇਸ ਸਾਰ ਬਰਫ਼ ਪੈਣੀ ਉੱਥੇ ਇਸ ਸਾਲ ਜ਼ਿਆਦਾ ਪਈ ਸੀ ਅਤੇ ਦੂਏ ਜੇ 2 ਸਾਲ ਸੀ ਉਹ ਗੁਜ਼ਾਰਾ ਕਰਨੀ ਘੱਟ ਜਿਹੜੇ ਪਿਛਲੇ 2 ਸਾਲ ਸੀ ਉਹ ਬਰਫ਼ ਘੱਟ ਸੀ ਇਸ ਸਾਲ ਬਹੁਤ ਜ਼ਿਆਦਾ ਬਿਲਕੁਲ ਇਸ ਸਾਲ ਬਹੁਤ ਜ਼ਿਆਦਾ ਬਰਫ਼ ਹੋਈ ਹੈ ਅਤੇ ਜਿਸ ਵੇਲੇ ਬਰਫ਼ ਵਗੈਰਾ ਹੋਣੀ 10-15 ਦਿਹਾੜੇ ਅਤੇ ਮਾਮਲਾ ਅਤੇ ਜ਼ਿੰਦਗੀ ਕਿਸ ਤਰ੍ਹਾਂ ਚਲਾਉਣੇ ਕਿਆ ਹਿਸਾਬ ਕਿਤਾਬ ਹੋਣਾ ਕੋਇਲਾ ਹੋਣਾ ਬਸ ਕਮਰੇ ਅੰਦਰ ਬੈਠੇ ਹੋਣੇ ਬਸ ਪਰਾਂਠੇ ਸਰਾਂਠੇ ਖਾਣੇ ਅਤੇ ਬਸ ਇਹਨੇ ਖਾਈ ਜਾਣੇ ਹੋ ਬਸ ਖਾਣਾ ਪੀਣਾ ਹੋਰ ਕੋਈ ਕੰਮ ਸ਼ੰਮ ਨਹੀਂ ਹੋਣਾ ਅਤੇ ਮੈਂ ਇਸ ਵੇਲੇ ਇੱਧਰ ਆਈ ਗਿਆ ਕਸ਼ਮੀਰ 'ਚ ਇੱਧਰ ਵੀ ਕੁਛ 15-20 ਸਾਲ ਰਹੇ ਆ ਅਤੇ ਸੈਰ ਕਰਨ ਵਾਸਤੇ ਮੈਂ ਚਲੋ ਦੋਸਤਾਂ ਯਾਰਾਂ ਨੇ ਪੁੱਛਿਆ ਸਹੀ ਪਹਿਲੇ ਵੀ ਅੱਛੇ ਰਹੇ ਹੋ ਇੱਧਰ ਆਜ਼ਾਦ ਕਸ਼ਮੀਰ ਪਹਿਲੇ ਅੱਛੇ ਸਮੇਂ ਸਾਡਾ ਘਰ ਸੀ ਅਤੇ ਫਿਰ 3-4 ਸਾਲ ਉੱਧਰ ਗਿਆ ਅਤੇ ਫਿਰ ਵਾਪਸ ਅੱਛੇ ਉੱਧਰ ਸਰਦੀ ਬੂਹ ਹੋਣੀ ਅਤੇ 3-4-5 ਯਾਨੀ ਕਿ ਜਿਸ ਵੇਲੇ ਮੌਸਮ ਠੀਕ ਹੋਣਾ ਤੁਸੀਂ ਵਾਪਸ ਲੱਗ ਜਾਣੇ ਹੋ ਕਾਬਲ ਕਾਬਲ ਲੈ ਜਾਣਾ ਜਿਸ ਵੇਲੇ ਥੋੜ੍ਹਾ ਜਿਹਾ ਮੌਸਮ ਸਰਦ ਹੋਣਾ ਸਰਦੀ ਜ਼ਿਆਦਾ ਹੋਣੀ ਤੁਸੀਂ ਇੱਧਰ ਆਜ਼ਾਦ ਕਸ਼ਮੀਰ ਆਈ ਜਾਣਾ ਬਿਲਕੁਲ ਇੱਧਰ ਮੈਂ ਚਲੋ ਦੋਸਤਾਂ ਨੇ ਇੱਥੇ ਨਾ ਮੌਸਮ ਇੱਥੇ ਨੇ ਹਦੋ ਹਾਲ ਇੱਥੇ ਨੇ ਜੰਗਲਾਤ ਜਾਂ ਜਿਸ ਤਰ੍ਹਾਂ ਵੀ ਪਹਾੜ ਇਸ ਤੁਸੀਂ ਕੈਸਾ ਲੱਗਣਾ ਆਜ਼ਾਦ ਕਸ਼ਮੀਰ ਕੈਸਾ ਲੱਗਣਾ ਬਹੁਤ ਖੂਬਸੂਰਤ ਜਗ੍ਹਾ ਹੈ ਅਤੇ ਇਸ ਵੇਲੇ ਦਿਲ ਕਰਨਾ ਅੱਛਾ ਨਹੀਂ ਜਾ ਸਹੀ ਤੁਸੀਂ ਇਹ ਨਹੀਂ ਦਿਲ ਕਰਨਾ ਕਿ ਉੱਧਰ ਕਾਬਲ ਜਾਂ ਹੀ ਨਾ ਕਿ ਇੱਥੇ ਆਜ਼ਾਦ ਕਸ਼ਮੀਰ ਹੀ ਰਿਹਾ ਤਾਂ ਬਿਲਕੁਲ ਦਿਲ ਤਾਂ ਕਰਨਾ ਮੈਂ ਫਿਰ ਉੱਧਰ ਕੰਮ ਆਉਣਾ ਸਾ ਇਸ ਵੇਲੇ ਜਾਣਾ ਪੈਣਾ ਸਹੀ ਅਗਰ ਤੁਸੀਂ ਆਪਣਾ ਘਰ ਬਾਹਰ ਇੱਧਰ ਸ਼ਿਫਟ ਕਰੋ ਤਾਂ ਤੁਸੀਂ ਕਿਤਨਾ ਅਰਸਾ ਲੱਗੀ ਜਾਣਾ ਸ਼ਿਫਟ ਨਹੀਂ ਹੋ ਸਕਣਾ ਉੱਧਰ ਕਿਉਂਕਿ ਉੱਧਰ ਘਰ ਬਾਹਰ ਮੁਕੰਮਲ ਹੋ ਗਿਆ ਅਤੇ ਉੱਧਰ ਫਿਰ ਸਹੀ ਇਸ ਜਨਾਬ ਅਸਾਂ ਨਾਲ ਜ਼ਿਆਰਤ ਗੁਲ ਖਾਨ ਸਾਹਿਬ ਜਿਹੜੇ ਇਸ ਕਾਬਿਲ ਸੂ ਆਏ ਸੀ ਇੱਥੇ ਫਿਰਨੇ ਅਤੇ ਆਜ਼ਾਦ ਕਸ਼ਮੀਰ ਉੱਥੇ ਆਉਣੇ ਸਰਦੀ ਵਗੈਰਾ ਕਾਫੀ ਹੈ ਉਸ ਦੀ ਵਜ੍ਹਾ ਤੋਂ ਅਸੀਂ ਇੱਧਰ ਆਏ ਗਏ ਅਤੇ ਇਹਨਾਂ ਕੋਲ ਪੁੱਛਿਓ ਕੋਈ ਯੂਟਿਊਬ ਵਗੈਰਾ ਵੀ ਚੈੱਕ ਯੂਟਿਊਬ ਵਗੈਰਾ ਚੈੱਕ ਕਰਨੇ ਹੋਣੇ ਯੂਟਿਊਬ ਵੀ ਚੈੱਕ ਕਰਨੇ ਅਤੇ ਫਿਰ ਫੇਸਬੁੱਕ ਵੀ ਅਤੇ ਇਸ ਤਰ੍ਹਾਂ ਫੋਲੋ ਕੀਤਾ ਵਾ ਅਤੇ ਬੁੱਕ ਸਾਨੂੰ ਸੁਣਿਆ ਅਤੇ ਅਸਾਂ ਨਾਲ ਚੈਨਲ ਖਲਮਬਾਦ ਟੀ ਵੀ ਕੁੜੇ ਤੁਸੀਂ ਨਜ਼ਰਾਂ 'ਚ ਗੇ ਗੁਜ਼ਰਿਆ ਉੱਧਰ ਕੁੜੇ ਕਾਬਿਲ ਕਦੇ ਤੱਕਿਆ ਖਲਮਬਾਦ ਰੋਜ਼ ਸ਼ਾਮੀ ਕਾਰ ਅੱਛਣੇ ਅਤੇ ਫੇਸਬੁੱਕ 'ਚ ਸਟਾਰ ਕਰਨੇ ਦੋਸਤਾਂ 'ਚ ਚੈਨਲ ਕਰਨੇ ਯੂਟਿਊਬ ਅਤੇ ਫੇਸਬੁੱਕ ਪਰ ਅਤੇ ਜਿਹੜੇ ਅਸਾਂ ਇੱਥੇ ਦੀਆਂ ਵੀਡੀਓ ਆਜ਼ਾਦ ਕਸ਼ਮੀਰ ਦੀਆਂ ਲਾਉਣੇ ਆਪਣੇ ਗਰਾਇਣੀਆਂ ਅੱਗੇ ਪਿੱਛੇ ਤਾਂ ਉਹ ਤੁਸੀਂ ਕੋਈ ਪਸੰਦ ਵੀ ਅੱਛੀਆਂ ਜਾਂ ਕੋ ਨਹੀਂ ਉਸ ਤੱਕੀ ਦੇ ਦਿਲ ਫਿਰ ਖੁਸ਼ ਹੋ ਜਾਣਾ ਬਹੁਤ ਪਸੰਦ ਹੈ ਇੱਥੇ ਦੀਆਂ ਯਾਦਾਂ ਤਾਜ਼ਾ ਹੋ ਜਾਣੀਆਂ ਪਰੇਸ਼ਾਨ ਜੇ ਲੱਗਣਾ ਖੈਰ ਹੈ ਨਾ ਉਹ ਲੋਕਾਂ ਦੀਆਂ ਕਣਕਾਂ ਡੁੱਬਣੀਆਂ ਪਈਆਂ ਤੇ ਮੈਂ ਕੋਈ ਲਗਾਇਆ ਮੈਂ ਪਾਣੀ ਬਾਹਰ ਕੱਢੀ ਇੱਕ ਬੜਾ ਡੱਬਾ ਛੱਬਾ ਕਿਨੇ ਪਿੰਸਲ ਚਾਹੀਦੀ ਤੁਸਾਂ ਦੇ ਪਿੰਸਲ ਨਾਲ ਤਾਂ ਨਹੀਂ ਪਾਣੀ ਨਿਕਲਣਾ ਇਤਨਾ ਇਤਨੀ ਜੇ ਲੱਭੀ ਸੀ ਤਾਂ ਹੋਰ ਹੈ ਕੋਈ ਚੀਜ਼ ਹੈ ਚਲੋ ਕਤਰੇ ਕਤਰੇ ਨਾਲ ਕਤਰੇ ਕਤਰੇ ਦਰਿਆ ਬਾਹਰ ਹੀ ਨਹੀਂ ਦਰਿਆ ਬੰਨਾ ਉਹ ਬੰਨਾ ਆ ਤਾਂ ਨਿਕਲਣਾ ਵੀ ਆਇਆ ਨਾ ਕਤਰੇ ਕਤਰੇ ਨਾਲ ਨਿਕਲਣਾ ਹੈ ਤਾਂ ਉਹ ਫਿਰ ਤੁਸਾਂ ਪਾਣੇ ਡੁੱਬਣੀਆਂ ਪੈਂਦੇ ਹੋਰ ਡੁੱਬੀ ਜਾਂਦਾ ਨਹੀਂ ਬਾਹਰ ਜਾਣਾ ਪਾਣੀ ਤਾਂ ਕੌਣ ਅੱਛਾ ਜਨਾਬ ਇਹ ਦਰੀਸ ਵੀ ਤੁਸਾਂ ਆਉਣੇ ਕਿ ਕਤਰੇ ਕਤਰੇ ਨਾਲ ਦਰਿਆ ਕੱਢਣਾ ਹੈ
ਕੱਢਣਾ ਨਹੀਂ ਹੋਣਾ, ਕੱਢਣਾ ਦੇਖੋ ਜਿਸ ਤਰੀਕੇ ਨਾਲ ਕਤਰੇ ਕਤਰੇ ਨਾਲ ਦਰਿਆ ਬਣਨਾ ਹੈ ਉਸ ਤਰੀਕੇ ਨਾਲ ਕਤਰੇ ਕਤਰੇ ਨਾਲ ਦਰਿਆ ਕੱਢੀ ਵੀ ਦੇ ਸਕਾਂ। ਇਹ ਬੰਦਾ ਕਿਤਨਾ ਕੱਢਦੀ, ਕਿਤਨਾ ਅਗਰ ਤੁਸੀਂ ਕੱਢ ਸੋ, ਇਹ ਤਾਂ ਸਾਰੀਆਂ ਡੁੱਬੀ ਜਿਹੜੇ ਤੁਸੀਂ ਕੱਢਣੇ ਹੋ। ਚਲੋ ਕੋਸ਼ਿਸ਼ ਹੀ ਕਰੀ ਚੱਕਣੇ ਆ ਨਾ ਅਸਾਂ, ਕੋਸ਼ਿਸ਼ ਹੀ ਹੈ ਨਾਕਾਮ ਕੋਸ਼ਿਸ਼। ਤੇ ਇਹ ਅਸਾਂ ਗੌਰਮੈਂਟ ਕੀ ਨਾ ਥੋੜ੍ਹੇ ਪਾਣੀ ਲਾਈ ਉੜੋ ਕਣਕਾਂ ਬੱਚੀ ਜਾਣ। ਨਾ ਨਾ ਉਹ ਸੁਣਨੇ ਕੁਥੇ ਜੀ, ਤੁਸੀਂ ਡਡਿਆਲ ਦਿਖਾ ਬਾਹਰ ਟੀ ਵੀ ਹੈ ਮਤਲਬ ਕੋਈ ਸੁਣੀ ਜਾਣ, ਤੁਸੀਂ ਸਾੜੀ ਨਹੀਂ ਆਸਾਨੀ ਇਹ ਰਿਕੁਐਸਟ ਹੈ ਮਤਲਬ ਸੁਣੀ ਤੱਕੋ ਸਿੰਧੀ 'ਚ ਤਾਂ ਬਲੋਰ 'ਚ ਬੜਾ ਆਟੇ ਨਾਲ ਪੁਰਾਣ ਪੈਦਾ ਹੋਇਆ। ਹਾਏ ਹਾਏ ਇਹ ਗੱਲ ਹੈ, ਤਰਸਨੇ ਪਏ ਲੋਕ, ਲੋਕ ਤਰਸਨੇ ਪਏ ਆਟੇ ਵਾਸਤੇ ਨੇ ਇਹਨੇ ਦਵਾ ਜਾਂ ਗੌਰਮੈਂਟ ਅੱਗੇ ਚਲੋ ਮਤਲਬ ਸਾਹਿਬ ਵੀ ਤਾਂ ਆਏ ਇੱਥੋਂ ਕਿਉਂਕਿ ਆਟਾ ਜਿਹੜਾ ਕਾਬਲ ਕਾਬਲ ਖੜਸਨ ਇੱਥੋਂ ਮਹਿੰਗਾਈ ਹੋਈ, ਉੱਥੇ ਵੀ ਆਟਾ ਕੰਮ ਹੋਇਆ, ਉੱਥੇ ਵੀ ਆਟਾ ਕੰਮ ਹੋਇਆ ਵਾ ਜੀ ਜਨਾਬ। ਪਾਣੀ ਕੱਢਣੇ ਪਏ ਸੀ ਦਰਿਆ ਚ। ਚਲੋ ਠੀਕ ਹੈ, ਲਗੇ ਰਹੋ ਫਿਰ ਤੁਸੀਂ ਲਗੇ। ਚਲੋ ਅਸਾਂ ਫਿਰ ਜੁਲੇ ਆ ਘਰ ਹੀ, ਕਿਉਂਕਿ ਹੁਣ ਨਮਾਜ਼ ਦਾ ਨਾ ਵੀ ਟਾਈਮ ਹੋ ਗਿਆ। ਮਾੜੇ ਪਰ ਤਾਂ ਡੋਲੋ ਜੀ ਕਿਆ ਕਰਨੇ ਆ ਜੀ ਜਨਾਬ ਅਦਰੀਸ ਸਾਹਿਬ, ਇਸੇ ਜਨਾਬ ਹੈ ਅਦਰੀਸ ਸਾਹਿਬ ਅਸਾਂ ਨਾਲ। ਇਹ ਆਣੇ ਦਰਿਆ ਪਰ ਕਣਕਾਂ ਕਾਫੀ ਸਾਰੀਆਂ ਡੁੱਬਣੀਆਂ ਵੇ, ਪਾਣੀ ਬੜੀ ਸਪੀਡਾਂ ਚੰਨਾ ਵੇ, ਤੇ ਇਹ ਪਾਣੀ ਬਾਹਰ ਕੱਢਣੇ ਪਏ ਹਨ। ਚਲੋ ਅੱਲਾਹ ਤਾਲਾ ਇਹਨਾਂ ਕੀ ਇਸ ਚੀਜ਼ਾਂ ਨੂੰ ਅਜਰ ਦੇ ਕਿ ਚਲੋ ਜਾਨੀ ਕੁਝ ਤਾਂ ਸੋਚ ਹੋਈ ਇਹਨਾਂ ਨੇ, ਚਲੋ ਜੇ ਕੋਈ ਕਣਕਾਂ ਬਚੀ ਜਾਣ ਤਾਂ ਚਲੋ ਕੋਈ ਜਿਹੜਾ ਦੋ ਗੱਡੀਆਂ ਕਣਕਾਂ ਦੀਆਂ ਬਚੀ ਗਈਆਂ, ਹੁਣ ਤੁਸਾਂ ਕੋਲ ਕਿ ਇਨਸਾਨ ਇਜਾਜ਼ਤ ਭਰਾ ਕੋਲੋਂ ਦੁਆਂ 'ਚ ਯਾਦ ਰੱਖਿਆ ਨੇ। ਅਗਰ ਅਸਾਂ ਨੇ ਵੀਡੀਓ ਇਹ ਤੁਸੀਂ ਪਸੰਦ ਆਈ ਤੇ ਲਾਈਕ ਲਾਜ਼ਮੀ ਕਰਨਾ, ਕਮੈਂਟਸ ਵਿੱਚ ਵੀ ਦੱਸਿਆ ਨੇ ਕਿ ਤੁਸੀਂ ਅੱਜ ਨੂੰ ਇਹ ਵੀਡੀਓ ਕੈਸੀ ਲੱਗੀ। ਖੁਦਾ ਹਾਫਿਜ਼।